ਸੱਚੇ ਪਾਤਸ਼ਾਹ ਮੈਨੂੰ ਅੱਗੇ ਆ ਦੇ ਦੋ ਮੈਨੂੰ ਹੁਣੇ ਹੀ ਹੁਕਮ ਕਰੋ ਮੈਂ ਹੁਣੇ ਹੀ ਜਾਣਾ ਆਪ ਜੀ ਦਾ ਕਾਰਜ ਕਰਕੇ ਆਉਣਾ ਕਵੀ ਹਿਰਦੇ ਆਰਾਮ ਕਹਿੰਦੇ ਨੇ ਕਹਿੰਦੇ ਨੇ ਜਾਵਾਂ ਜਾ ਤੋ ਜਾ ਰੀਤੋ ਸਿੰਧ ਕਰੋ ਜੈਸੇ ਪੀਓ ਮੋਨੇ ਔਰ ਜੋ ਕਾਹ ਤੋ ਬੀਰ ਪਾਣੀ ਰੱਖੋ ਨਾਮ ਕੋ ਸਮੁੰਦਰ ਨੂੰ ਟੱਪਣ ਦੀ ਗੱਲ ਕੀ ਹੈ ਤੁਸੀਂ ਮੈਨੂੰ ਆਖੋ ਤੇ ਮੈਂ ਚੂਲੀ ਭਰ ਕੇ ਸਮੁੰਦਰ ਸਾਰਾ ਪੀ ਜਾ ਜਿੱਦਾਂ ਅਗਸਤ मुनि ਨੇ ਪੀਤਾ ਸੀ ਜਿੱਦਾਂ ਅਗਸਤ मुनि ਨੇ ਸਮੁੰਦਰ ਨੂੰ ਪੀ ਲਿਆ ਮੈਂ ਇੱਕ ਚੂਲੀ ਭਰ ਕੇ ਸਮੁੰਦਰ ਨੂੰ ਮਹਾਰਾਜ ਖਾਲੀ ਕਰ ਦਵਾਂ ਜੇ ਆਖੋ ਤੇ ਉਸੇ ਹੀ ਪਾਣੀ ਵਿੱਚ ਮੈਂ ਨਾਮ ਮਾਤਰ ਹੀ ਰਹਿਣ ਦੇਵਾਂ ਉਸ ਪਾਣੀ ਨੂੰ ਨਾਮ ਮਾਤਰ ਹੀ ਰਹਿਣ ਦਾ ਕਹੋ ਜਾਏ ਲੰਕਾ ਮਾਰੋ ਪੀਤਣ ਸੋ ਪੀਤ ਕਹੋ ਰਾਵਣ ਸਮੇਤ ਪਰਸਾਉ ਪਗਬਾਮ ਕੋ ਆਖੋ ਤੇ ਮੈਂ ਲੰਕਾ ਦੀਆਂ ਕੰਧਾਂ ਨਾ ਕੰਧਾਂ ਜਾ ਕੇ ਵਜਾਦਾ ਮਾਰਦਿਆਂ ਟਕਰਾਦਿਆਂ ਜੇ ਆਖੋ ਤੇ ਰਾਵਣ ਨੂੰ ਤੌਣੋਂ ਫੜ ਕੇ ਤੇ ਸੀਤਾ ਜੀ ਦੇ ਸਮੇਤ ਤੁਹਾਡੇ ਚਰਣਾ ਵਿੱਚ ਲੈ ਆਵਾਂ ਮਹਾਰਾਜ ਹੁਕਮ ਕਰੋ हनुमान अखदा देख कै नीता मेरो मरत नाही पिता जोई कौ सोई करो नाथ नक परो हमको गरीब नवाज हुक्म करो ऐसी नीती नु देख के जेड़ा मेरा पिता वा ना मरदा नहीं भाव मेरा मन जरदा नहीं जो कुछ रामन ने कीता है ਸੱਚੇ ਪਾਤਸ਼ਾਹ ਜੋਈ ਕਹੋ ਸੋਈ ਕਰੋ ਨਾਥ ਨੈਕ ਪਰੋ ਹਾਨੈਕ ਥੋੜੀ ਜਿੰਨੀ ਹਾਮੀ ਭਰ ਦਓ ਬਸ ਆਪਣਾ ਸਿਰ ਹਲਾ ਦਓ ਬਸ ਆਗਿਆ ਮੈਨੂੰ ਕਰਦਾo ਗਰੀਬ ਨਵਾਜ ਸੁਨੋ ਮੇਰੇ ਮੀਤਾ ਸੁਖ ਸੋਈਐ ਨ ਚੀਤਾ ਕਹੋ ਸੀਤਾ ਸੋਦ ਲਿਆਉ ਕਹੋ ਸੀਮ ਲਾਉ ਰਾਮ ਕੋ ਨਚੀਤ ਹੋ ਕੇ ਮਹਾਰਾਜ ਸੌ ਜਾਵੋ ਹੁਣ ਤੁਸੀਂ ਸੁਨੋ ਮੇਰੇ ਮੀਤਾ ਸੁਖ ਸੋਈਐ ਨ ਚੀਤਾ ਨਚੀਤ ਹੋ ਕੇ ਆਰਾਮ ਕਰੋ ਚਿੰਤਾ ਤੋਂ ਰਹਿ ਤੋ ਕੇ ਮਹਾਰਾਜ ਹੁਣੇ ਮੈਂ ਸੀਤਾ ਲੱਭ ਲਿਆਵਾ ਤੇ ਤੁਹਾਡੇ ਚਰਨਾਂ ਨੂੰ ਆਣ ਕੇ ਮਲਾ ਦਿਆਂ ਹਨੂਮਾਨ ਨੂੰ ਜਦੋਂ ਉਹਦੀ ਤਾਰੀਫ ਕੀਤੀ ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਸਨ ਉਹਨੂੰ ਚੇਤਾ ਨਹੀਂ ਸੀ ਰਹਿੰਦਾ ਹਨੂਮਾਨ ਨੂੰ ਵੀ ਮੇਰੇ ਚ ਜਾਣ ਕਿੰਨੀ ਆ ਤਾਕਤ ਕਿੰਨੀ ਆ ਭੁੱਲ ਜਾਂਦਾ ਸੀ ਫਿਰ ਜਦੋਂ ਉਹਦੇ ਕੋ ਕੰਮ ਲੈਣਾ ਹੁੰਦਾ ਨਾ ਉਹਦੀ ਤਾਰੀਫ ਕਰਨੀ ਪੈਂਦੀ ਸੀ ਉਹਨੂੰ ਦੱਸਣਾ ਪੈਂਦਾ ਸੀ ਵੀ ਤੂੰ ਤੇ ਬੜਾ ਬਲਵਾਨ ਐ ਤੂੰ ਤੇ ਬੜਾ ਜੋਧਾ ਆ ਤੂੰ ਤੇ ਬੜਾ ਪ੍ਰਾਕਰਮੀ ਆ ਤੂੰ ਐਦਾਂ ਕੀਤਾ ਤੂੰ ਉਥੇ ਆਂ ਕੀਤਾ ਫਿਰ ਉਹ ਕੰਮ ਕਰਦਾ ਸੀ ਜਦੋਂ ਯਾਦ ਕਰਾਇਆ ਉਹਨੂੰ ਵੀ ਤੂੰ ਤਾਕਤ ਵਾਲਾ ਬੜਾ ਤੂੰ ਅੰਜਨੀ ਦਾ ਪੁੱਤਰ ਐ ਤੂੰ ਪਵਨ ਪੁੱਤਰ ਆ ਤੂੰ ਇੰਦਰ ਦੇ ਬਾਗ ਨੂੰ ਉਜਾੜ ਦਿੱਤਾ ਤੇ ਹਨੂਮਾਨ ਕਹਿੰਦਾ ਹੁਣ ਤੁਸੀਂ ਚਿੰਤਾ ਨਾ ਕਰੋ ਮੈਂ ਮਹਾਰਾਜ ਆਜ ਰਿਹਾ ਲੰਕਾ ਦੀਆਂ ਕੰਦਾ ਨਾ ਕੰਦਾ ਪੜਾ ਦੇਾਂਗਾ ਰਾਵਣ ਨੂੰ ਤੌਣੋਂ ਫੜ ਕੇ ਸੀਤਾ ਸਮੇਤ ਲੈ ਆਵਾਂਗਾ ਬਾਮ ਮੈਨੇ ਹੁੰਦੀ ਆ ਇਸ ਤਰੀ ਹੁਕਮ ਕਰਦਾ ਖੇਦ ਮਾਰੋ ਖੇਦ ਬਿਨ ਖੇਦ ਜਿਨ ਕਰੋਨਾਤ ਸੀਤਾ ਲੈ ਕੇ ਸਾਥ ਇਹ ਪਤਲ ਹੂੰ ਜੋ ਜਾਏਗੋ ਆਵੇਂ 라वण ਭੱਜ ਜਾਣਾ ਉੱਥੋਂ ਲੈ ਕੇ ਸੱਤਾਂ ਪਤਾਲਾਂ ਵਿੱਚ ਚਲਿਆ ਜਾਵੇ ਮਹਾਰਾਜ ਖੇਦ ਦਾ ਅਰਥ ਹੈ ਕਿ ਉਹਨੂੰ ਇਹ ਜਿਹੜਾ ਕੇਦ ਕਲੇਸ਼ ਆ ਕਲੇਸ਼ੀ 라वण ਆ ਉਸ ਨੂੰ ਮੈਂ ਮਾਰਨ ਲੱਗਿਆਂ ਦੇਰ ਨਹੀਂ ਲਾਵਾਂਗਾ ਭਾਵੇਂ ਸੱਤਾਂ ਪਤਾਲਾਂ ਵਿੱਚ ਨਿਕਲ ਜਾਏ ਭੱਜ ਜਾਵੇ ਤਾ ਵੀ ਮੈਂ ਲਿਆ ਕੇ ਪੜ ਕੇ ਉੱਥੋਂ ਵੀ ਤੁਹਾਡੇ ਚਰਨਾਂ ਵਿੱਚ ਲੈ ਆਵਾਂਗਾ ਕਿੱਥੋਂ ਤੱਕ ਜਾਏਗਾ ਸ਼ੁਵਤ ਤਿਹਾਰੇ ਪਾਏ ਕਹਾਂ ਲਓ ਪਰਾਰੇ ਮੋਤੇ ਤਉ ਕਹਾਂ ਬਸਾਏ ਆਏ ਸੀਸ ਪਗ ਨਾਇਕ ਮੇਰੇ ਤੋਂ ਹੁਣ ਨਹੀਂ ਉਹ ਪੱਜ ਸਕਦਾ ਮੇਰੇ ਤੋਂ ਦੂਰ ਨਹੀਂ ਹੁਣ ਉਹ ਜਾ ਸਕਦਾ ਕੂਪ ਸੁਰ ਲੋਕ ਪਤਾਲ ਦਾ ਨਾਮ ਹੈ ਸਤ ਪਤਾਲ ਮੰਨੇ ਆ ਨਾ ਕਹਿੰਦਾ ਭਾਵੇਂ ਕੂਪ ਪਤਾਲ ਵਿੱਚ ਚਲਿਆ ਜਾਏ ਸੋਰ ਲੋਕ ਦੇਵਤਿਆਂ ਦੇ ਲੋਕ ਚ ਚਲਿਆ ਜਾਏ ਸਿੰਧ ਅਚਲ ਸਮੇਰ ਸਮੁੰਦਰ ਚ ਚਲਿਆ ਜਾਏ ਸਮੇਰ ਪਰਬਤ ਤੇ ਚਲਿਆ ਜਾਏ ਤੇ 라ਵਣ ਪਰੇਵਾਹ ਨੂੰ ਬਾਜ ਜਿਉ ਉਡਾਏ ਕੋ ਜਿਹੜਾ 라ਵਣ ਆ ਨਾ ਜਿੱਡੀ ਮਰਜ਼ੀ ਦੂਰ ਚਲਿਆ ਜਾਏ ਜਿੰਨੀ ਮਰਜ਼ੀ ਦੂਰ ਭੱਜ ਜਾਏ ਸੱਚੇ ਪਾਤਸ਼ਾਹ ਮੇਰੇ ਹੱਥੋਂ ਉਹ ਬਚ ਨਹੀਂ ਸਕਦਾ ਸਮਝੋ ਕਿ 라ਵਣ ਬਟੇਰਾ ਵਾ ਤੇ ਹਨੂਮਾਨ ਬਾਜ ਆ ਜਿੱਦਾਂ ਬਾਜ ਬਟੇਰੇ ਨੂੰ ਪਕੜ ਹੀ ਲੈਂਦਾ ਨਾ ਸ਼ਿਕਾਰ ਉਹਦਾ ਕਰ ਹੀ ਲੈਂਦਾ ਇਦਾਂ ਮੈਂ ਰਾਵਣ ਨੂੰ ਹੁਣ ਮਾਰ ਹੀ ਦੇਣਾ ਨਾਏ ਮਾਥ ਕਹੋ ਨਾਤ ਗयो ਤਾਂ ਕੇ ਪਾਛੇ ਰਗੁਨਾਸ਼ ਮੇਰੇ ਹੱਥ ਕੀ ਸੋ ਪਲੀ ਮਾਰ ਖਾਏ ਬੋ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ ਨੂੰ ਤਵਾਡੇ ਚਰਣਾ ਨੂੰ ਕਹਿੰਦਾ ਸ਼ੂ ਕੇ ਮੈਂ ਆਖਦਾ ਰਘੂਨਾਥ ਮੇਰੇ ਹੱਥ ਕੀ ਸੋ ਭਲੀ ਮਾਰ ਖਾਏਗੋ ਇਹਨਾ ਮੇਰੇ ਹੱਥਾਂ ਦੀ ਭਲੀ ਪ੍ਰਕਾਰ ਉਸ ਨੂੰ ਮਾਰ ਪੈਗੀ ਭਲੀ ਪ੍ਰਕਾਰ ਅੱਜ ਜਿਹੜਾ ਨਾ ਉਹ ਮੇਰੇ ਹੱਥੋਂ ਪਰਾਜਿਤ ਹੋਏਗਾ ਹਾਰ ਜਾਏਗਾ ਕਹੋ ਹਨੂਮਾਨਤਾ ਕੋ ਕਹੋ ਪਰਮਾਨੰ ਪ੍ਰਭ ਸੋਨਿਆ ਸਰਵਣ ਦੇ ਕੇ ਤੁਮ ਕੋ ਬਤਾਏ ਦਿਓ ਕਵੀ ਹਰਧਿਆਰਾਮ ਕਹਿੰਦੇ ਨੇ ਇਹ ਜਿਹੜਾ ਹਨੂਮਾਨ ਇੱਥੇ ਰੂਪਕ ਅਲੰਕਾਰ ਵਰਤਿਆ ਕਹਿਣ ਲੱਗਾ ਵੀ ਕਾਇਓ ਹਨੂਮਾਨ ਤਾਕੋ ਕਹੋ ਪਰਮਾਨ ਪ੍ਰਭ ਸੋਨਿਆ ਸਰਵਣ ਦੇ ਕੇ ਤੁਮ ਕੋ ਬਤਾਏ ਦਿਓ ਜਿਹੜੀਆਂ ਗੱਲਾਂ ਹਨੂਮਾਨ ਨੇ ਅੱਖੀਆਂ ਨਾ ਸੀਤਾ ਦੇ ਲਿਆਉਣ ਦੀਆਂ ਸੀਤਾ ਦਾ ਹਾਲ ਚਾਲ ਸੁੱਧ ਖਬਰ ਲਿਆਉਣ ਦੀਆਂ ਕਹਿੰਦੇ ਨੇ ਜਰ ਤੋਂ ਕਮਠ ਭਾਲ ਸਾਤੋਂ ਸਿੰਧ ਆਲਬਾਲ ਦੇਸ਼ਾਂ ਬਦੇਸ਼ ਢਾਲ ਚੜ ਕਨਵਾਏ ਦਿਓ ਆਪਣੀ ਤਾਕਤ ਦੀ ਗੱਲ ਕਰਦਾ ਸਤਾਂ ਪਤਾਲਾਂ ਦੀ ਗੱਲ ਕੀਤੀ ਸਮੁੰਦਰਾਂ ਦੀ ਗੱਲ ਕੀਤੀ ਜਿੱਥੇ ਵੀ ਕਹਿੰਦਾ ਹੋਏਗਾ ਮਹਾਰਾਜ ਮੈਂ ਤੁਹਾਡੇ ਚਰਨਾਂ ਨੂੰ ਸ਼ੂਕੇ ਗੱਲ ਕੈ ਨਾ ਪਾਤ ਮੇਗ ਸੇਤਾਰੇ ਫੂਲ ਜੇ ਆਕਾਸ਼ ਤਾਰੇ ਪਾਰੇ ਫਲ ਸੂਰ ਸਸੀ ਤੇਉ ਮੈਂ ਚੁਕਾਏ ਦਿਉ ਚੰਦਰਮਾ ਸੂਰਜ ਮੇਗਾ ਆਕਾਸ਼ ਤਾਰੇ ਸਾਰੇ ਹੀ ਚੁਕਾ ਦੇਾਂਗਾ ਹੋਂ ਤੋਂ ਸਾਖ ਅਮ੍ਰਿਗ ਅਮ੍ਰਿਗ ਰਾਜ ਰਗੂਨਾਥ ਐਸੇ ਬਿਉਮ ਤਰ ਤੇ ਤਿਹਾਰੀ ਸੀ ਕੋ ਮੈਂ ਲਿਆਏ ਦਿਉ ਹੈਗਾ ਤੇ ਮੈਂ ਵਨਰਿਆ ਤੇ ਵਨਰ ਓਦਾਂ ਹੀ ਐ ਸੁਰਖ ਤੇ ਉਸ ਰੁਖ ਤੇ ਓਦਾਂ ਹੀ ਚੰਚਲ ਹੁੰਦੇ ਆ ਤੇ ਮੈਨੂੰ ਹੁਣ ਤੁਹਾਡਾ ਥਾਪੜਾ ਮਿਲ ਗਿਆ ਮੈਂ ਹੋਰ ਵੀ ਜਿਆਦਾ ਪ੍ਰਾਕਰਮੀ ਬਣ ਗਿਆ ਕਹੋ ਸੀਆ ਲਿਆਉ ਕਹੋ ਤਾਹੀ ਕੋ ਸੰਦੇਸ਼ ਕਹੋ 라वण समेत ਲਿਆਉ ਬੇਗ ਸਿੱਖ ਦੀਜੀਐ ਮੈਨੂੰ ਹੁਣ ਦੱਸੋ ਕਿ ਸੀਤਾ ਨੂੰ ਲੈ ਕੇ ਆਵਾਂ ਜਾਂ ਸੰਦੇਸ਼ਾ ਲੈ ਕੇ ਆਵਾਂ ਜਾਂ 라वण समेत ਲਿਆਵਾਂ ਮੈਨੂੰ ਦੱਸੋ ਮੈਂ ਕੀ ਕਰਾਂ ਪੁੱਛਣ ਲੱਗਾ ਕਹੋ ਤਾਹੀ ਸ਼ੁੱਧ ਰਕੋ ਕੁਟੰਬ ਮੈਂ ਸਮੁੰਦਰ ਬੋਰੋਂ ਲੈ ਆਉ ਮਦਦਰੀ ਕੋ ਜਾਨੀਐ ਸੋ ਕੀਜੀਐ ਬੜਾ ਪ੍ਰਾਕਰਮੀ ਗੁਰਮਖੋ ਰਾਵਣ ਨੂੰ ਲਿਖਿਆ ਬਹੁਤ ਜ਼ਿਆਦਾ ਤਾਕਤ ਵਾਲਾ ਇੱਕ ਹਿੰਦੀ ਦੇ ਸਾਹਿਤ ਚ ਬਚਨ ਆਇਆ ਰਾਵਣ ਕਹਿੰਦਾ ਕਿ ਸੱਸ ਮੁਖੀ ਪਿਕ ਬੈਣੀ ਸੁੰਦਰੀ ਕੁਰੰਗ ਨੈਣੀ ਸੁਰੀ ਨਰੀ ਕਿੰਨਰੀ ਪਰਬੀਨ ਬੀਨ ਲੀਨ ਲੀਨ ਉਹਨੇ ਆਪਣੇ ਘਰ ਵਿੱਚ ਨਾ ਦੇਵਤਿਆਂ ਦੀਆਂ ਇਸਤਰੀਆਂ ਗੰਦਰਬਾਂ ਦੀਆਂ ਇਸਤਰੀਆਂ ਹੋਰ ਮਨੁੱਖਾਂ ਰਾਜਿਆਂ ਦੀਆਂ ਰਾਜਕੁਮਾਰੀਆਂ ਬੇਟੀਆਂ ਲੱਭ ਲੱਭ ਕੇ ਆਪਣੇ ਘਰ ਚ ਵਸਾਈਆਂ ਹੋਈਆਂ ਸੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਗੁਰਬਾਣੀ ਚ ਵੀ ਜ਼ਿਕਰ ਆਉਂਦਾ ਕਿ ਚੰਦ ਸੂਰਜ ਜਾ ਕੇ ਤਪਤ ਰਸੋਈ ਕਈ ਵਿਦਵਾਨ ਇਹਦਾ ਅਰਥ ਕਰਦੇ ਨੇ ਕਿ ਚੰਦ ਮੈਨੇ ਜਿੰਨਾ ਚਿਰ ਚੰਦਰਮਾ ਰਾਤ ਸਾਰੀ ਵੀ ਰੋਟੀ ਬਣਦੀ ਸੀ ਤੇ ਸੂਰਜ ਸਾਰਾ ਦਿਨ ਵੀ ਪ੍ਰਸ਼ਾਦਾ ਪਾਣੀ ਉਹਦੀ ਰਸੋਈ ਪੱਕਦੀ ਰਹਿੰਦੀ ਸੀ ਇਹ ਅਰਥ ਕਰਦੇ ਆ ਚੰਦ ਸੂਰਜ ਜਾ ਕੇ ਤਪਤ ਰਸੋਈ ਪਰ ਜੇ ਅਗਲੀ ਤੁਕ ਦਾ ਬਹਸੰਤਰ ਜਾ ਕੇ ਕੱਪੜੇ ਧੋਈ ਬਸ ਸੰਤਰ ਉਹਦੇ ਕੱਪੜੇ ਧੋਂਦਾ ਦੇਵਤੇ ਦਾ ਮਤਲਬ ਕਿ ਉਹਦੇ ਅਧੀਨ ਸਨ ਦੇਵਤੇ ਉਹਨੇ ਆਪਣੇ ਘਰ ਵਿੱਚ ਰੱਖੇ ਹੋਏ ਸੀ ਦਸਮ ਗ੍ਰੰਥ ਪੜੋ ਤੇ ਦਸਮ ਗ੍ਰੰਥ ਵਿੱਚ ਲਿਖਿਆ ਦਸਵੇਂ ਪਾਤਸ਼ਾਹ ਵੀ ਜਦੋਂ ਉਹਨੂੰ ਮਦੋਦਰੀ ਆਖਦੀ ਹੈ ਕਿ ਸੂਰਬੀਰਾ ਸਜੇ ਕੋਰ ਬਾਜੇ ਬਜੇ ਬਾਜ ਕੰਤਾ ਸੁਨੇ ਰਾਮ ਆਏ ਦੇ ਮਿਲੋ ਜਾਣ ਕੀ ਜੇ ਬਾਤ ਹੈ ਸਿਆਣ ਕੀ ਚਾਮ ਕੇ ਦਮ ਕਾਹੇ ਚਲਾਏ ਤੇ ਅਗੋਂ 라ਵਣ ਉੱਤਰ ਦੇਂਦਾ ਕਹਿੰਦਾ ਚੌਰ ਚੰਦਰੰਕਰੰ ਛਤਰ ਸੂਰੰਗਦਰੰ ਬੇਦ ਬ੍ਰਹਮਾਰ ਰੰਗ ਦਵਾਰ ਮੇਰੇ ਮੇਰੇ ਸਿਰ ਤੇ ਕਮਲੀਏ ਵੇਖ ਸੂਰਜ ਆਪ ਛਤਰ ਫੜ ਕੇ ਖਲੋਤਾ ਹੋਇਆ ਚੰਦਰਮਾ ਮੇਰੇ ਸਿਰ ਤੇ ਚੌਰ ਕਰਦਾ ਚੌਰ ਚੰਦਰੰਕਰੰ ਛਤਰ ਸੂਰੰਗਦਰੰਗ ਵੇਦ ਬ੍ਰਹਮਾ ਰ ਰੰਗ ਦਵਾਰ ਮੇਰੇ ਤੇ ਬ੍ਰਹਮਾ ਆਪ ਮੇਰੇ ਦਰਵਾਜੇ ਤੇ ਵੇਦ ਪੜਦਾ ਵੇਦ ਵੇਦਾਂ ਦੀ ਕਥਾ ਬ੍ਰਹਮਾ ਆਪ ਸੁਣਾਉਂਦਾ ਵੇਦ ਬ੍ਰਹਮਾ ਰ ਰੰਗ ਦਵਾਰ ਮੇਰੇ ਦੇਖੀ ਤੂੰ ਚਿੰਕ ਹੈ ਚਾ ਵੰਡਾ ਫਿੰਕ ਹੈ ਫਿੰਕਰੀ ਦੇਖ ਕੈਸੇ ਕਰਾਂ ਬੀਰ ਖੇਤੰਗ ਮੈਂ ਜਦੋਂ ਜੰਗ ਦੇ ਮੈਦਾਨ ਵਿੱਚ ਗਿਆ ਤੂੰ ਵੇਖੀ ਜਾ ਹੀ ਪੇ ਮੇਰੀ ਇੱਕ ਭੁਜ ਡੰਡ ਕੀ ਪ੍ਰਚੰਡ ਚੋਟ ਲੱਗਾ ਫੂਟ ਜਹ ਐਸੇ ਜੈਸੇ ਬਾਨਰ ਜੈਸੇ ਬਾਸਨ ਬਲੌਰ ਕੇ ਬਾਸਨ ਮੈਨੇ ਭਾਂਡੇ ਬਲੌਰ ਮੈਨੇ ਕੱਚ ਜਿੰਨੂੰ ਮੇਰੀ ਇੱਕ ਮੁੱਕੀ ਵੀ ਵੱਜ ਗਈ ਨਾ ਸਿਰ ਤੇ ਐਦਾਂ ਟੁੱਟ ਜਾਣਗੇ ਜਿਵੇਂ ਕੱਚ ਦੇ ਭਾਂਡੇ ਟੁੱਟ ਜਾਂਦੇ ਆ ਤੂੰ ਮੇਰੇ ਬਲ ਨੂੰ ਤੂੰ ਮੇਰੀ ਤਾਕਤ ਨੂੰ ਨਹੀਂ ਜਾਣਦੀ ਬਿਬਤ ਕੇ ਪਰੇ ਤੇ ਕੁੰਭਕਾਨ ਹੂੰ ਜਗਾਏ ਜਾਏ ਜਗਾਉ ਜਾ ਕੇ ਪਾਸ਼ ਬਾਨਰ ਬਟौरा ਕੌਰ ਕੌਰ ਕੇ ਜੇ ਬਿਬਤਾ ਪੈ ਗਈ ਤੇ ਕੁੰਭਕਾਨ ਨੂੰ ਜਗਾ ਲਾਂਗਾ ਕੁੰਭ ਕਰਨ ਨੂੰ ਉਹਨੇ ਇਹਨਾਂ ਬਨਰਾਂ ਨੂੰ ਇਦਾਂ ਢਿੱਡ ਚ ਪਾ ਲੈਣਾ ਫੜ ਫੜ ਕੇ ਜਿਵੇਂ ਮਾਈਆਂ ਆਪਣੀ ਛਕੂ ਚ ਪਟਾਰੀ ਚ ਰੋਟੀਆਂ ਸਾਹਮ ਕੇ ਰੱਖਦੀਆਂ ਇਨਾ ਜਿਆਦਾ ਤਾਕਤਵਰ ਪਰ ਹਨੂਮਾਨ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਅੱਗੇ ਆ ਦੋ ਮੈਂ ਹੁਣ ਚੱਲਿਆ ਕਹੋ ਸਿਆ ਲਿਆਉ ਕਹੋ ਤਉ ਕੋ ਸੰਦੇਸ਼ ਕਹੋ ਰਾਵਣ ਸਮੇਤ ਲਿਆਉ ਬੇਗਸਿਕ ਦਿਜੀਏ ਕਹੋ ਤਾਂ ਹੀ ਸ਼ੁਦਰ ਕੋ ਕਟੰਬ ਲੈ ਸਮੁੰਦਰ ਬਾਰਾ ਲੈ ਆਓ ਮਦਦਰੀ ਕੋ ਜਾਨੀਏ ਸੋ ਕੀ ਜੀਏ ਆਖੋ ਤੇ ਉਹਦੇ ਪਰਿਵਾਰ ਨੂੰ ਸਮੁੰਦਰ ਚ ਡੋਬਦਿਆਂ ਆਖੋ ਤੇ ਉਹਦੀ ਘਰਵਾਲੀ ਨੂੰ ਵੀ ਲਿਆ ਕੇ ਮਦਦਰੀ ਨੂੰ ਤੇ ਤੁਹਾਡੇ ਸਾਹਮਣੇ ਮਹਾਰਾਜ ਰੱਖਦਿਆਂ ਕਾਹੋ ਦਸ ਸੀਸ ਭੁਜ ਬੀਸਨ ਬਖੇਰੋਂ ਅੱਗੇ ਆਖੋ ਤੇ ਦਸ ਸੀਸ ਵੱਖੋ ਵੱਖਰੇ ਕਰਦਾਂ ਵੀ ਬਾਵਾ ਯੋਦਿਆ ਖਲਾਰਦਿਆਂ ਕਹੋ ਜਾਏ ਘੇਰੋਂ ਗੱਡ ਬੇਨਤੀ ਪੱਤੀ ਜੀਏ ਆਖੋ ਤੇ ਕੱਲਾ ਹੀ ਜਾ ਕੇ ਲੰਕਾ ਨੂੰ ਘੇਰ ਲਾਵਾਂ ਮੇਰੀ ਬੇਨਤੀ ਸੁਨੋ ਰੰਕ ਹਨੂਮਾਨ ਕੋ ਨ ਸੰਕ ਪਾਣ ਦੀਜੈ ਰਾਮ ਮੈਂ ਗਰੀਬ ਮੈਂ ਰੰਕ ਮੈਂ ਤੁਹਾਡੇ ਚਰਣਾ ਦਾ ਅਦਨਾ ਸੇਵਕ ਪੌਰਾ ਮੇਰੀ ਤੁਸੀਂ ਬੇਨਤੀ ਸੁਨੋ ਮੈਨੂੰ ਤੁਸੀਂ ਅੱਗੇ ਹਾ ਦੋ ਕਹੋ ਤੋ ਠਾਏ ਗੱਡ ਲਿਆਉਂ ਡੂੰਡ ਆਖੋ ਤੇ ਮੈਂ ਲੰਕਾ ਨੂੰ ਚੁੱਕ ਲਿਆਵਾਂ ਸਾਰੀ ਲੰਕਾ ਨੂੰ ਤੇ ਆਪੇ ਹੀ ਫਿਰ ਸੀਤਾ ਨੂੰ ਲੱਭ ਲਿਓ ਜਿਹੜੀ ਜਗਾ ਹੋਏਗੀ ਮੈਂ ਸਾਰੀ ਲੰਕਾ ਨੂੰ ਹੀ ਮੁੱਢੋਂ ਪੁੱਟ ਕੇ ਤੇ ਤੁਹਾਡੇ ਚਰਨਾ ਚ ਲਿਆ ਕੇ ਰੱਖ ਦੇਣਾ ਦੇਖ ਅਨੁਕਾਪ ਰੂਪ ਸੀਯਾਰਾਗੁਬੀਰ ਕਾਈ ਜੀ ਆ ਮੈਂ ਦਰਪਹਿ ਮਹਾਰਾਜ हनुमान ਦੀ ਬੇਨਤੀ ਸੁਣ ਕੇ ਸੋਚਣ ਲੱਗੇ ਹਨੂਮਾਨ ਦੇ ਰੂਪ ਨੂੰ ਵੇਖ ਕੇ ਭੀ ਜੇ ਤੈਨੂੰ ਅਨੁਮਾਨ ਸੀਤਾ ਨੇ ਵੇਖ ਵੀ ਲਿਆ ਤੇ ਉਹਨੇ ਤੇ ਡਰ ਜਾਣਾ ਕਿਉਂਕਿ ਸਾਡੇ ਨਾਲ ਕਦੇ ਤੂੰ ਵਿਚਰਿਆ ਨਹੀਂ ਜਾਂ ਸੀਤਾ ਨੂੰ ਮਿਲਿਆ ਨਹੀਂ ਤੇ ਤੈਨੂੰ ਵੇਖ ਕੇ ਤੇ ਉਹ ਕਬਰ ਆ ਜਾਏਗੀ ਡਰ ਜੇਗੀ ਜੇ ਤੂੰ ਉਹਨੂੰ ਲੱਭ ਵੀ ਲਿਆ ਮਾਨਸ ਕੀ ਕਹਾਟ ਟੋਟ ਪਰੀ ਜਬ ਦੂਤ ਕੀ ਕਾਪਾਰੀਸ਼ ਲਜਾ ਰੇ ਸੀਤਾ ਨੇ ਅੱਖਾਂ ਵੀ ਬੰਦੇ ਮੁੱਕ ਗਏ ਹੀ ਭੀ ਜਿਹੜੇ ਬਨਰਾਂ ਰਿਸ਼ਾ ਨੂੰ ਮੇਰੇ ਵੱਲ ਭੇਜਤਾ ਪ੍ਰਭੂ ਰਾਮ ਨੇ ਉਹਨੇ ਕਹਿਣਾ ਵੀ ਬੰਦਿਆਂ ਦੀ ਟੋਟ ਆ ਗਈ ਸੀ ਦੇਵਨ ਕੋ ਮਗ ਹੈ ਨਾ ਜਹਾਂ ਗੜ ਲੰਕ ਸੁਏ ਸੋ ਕਹੈ ਸੋ ਬੁਜਾਇ ਹੈ ਤੇ ਹੈਬ ਪ੍ਰੀਤ ਤਉਸੀਆ ਕੋ ਬਿਨ ਚੀਨ ਦिए ਪਰ ਤੀ ਤ ਨਾ ਆਏ ਹੈ ਸੀਤਾ ਨੇ ਮੰਨਣਾ ਨਹੀਂ ਤੇਰੀਆਂ ਗੱਲਾਂ ਨਾ ਸੀਤਾ ਨੇ ਪਤੀ ਜਨਾ ਨਹੀਂ ਤੇਰੀਆਂ ਗੱਲਾਂ ਨਾ ਜੇ ਤੂੰ ਚਲੇ ਵੀ ਗਿਆ ਉਹਨੇ ਅੱਖ ਨਾ ਇਹਦੀ ਲੰਕਾ ਦੇ ਵਿੱਚ ਤੇ ਦੇਵਤੇ ਵੀ ਨਹੀਂ ਆ ਸਕਦੇ ਬਿਨਾ ਆਗਿਆ ਤੋਂ ਬਿਨਾ ਹੁਕਮ ਤੋਂ ਗੁਰਮਖੋ ਗੱਲ ਵੀ ਇਦਾਂ ਹੀ ਸੀ ਕਹਿੰਦੇ ਨੇ ਜਾਹੀ ਗੜ ਲੰਕ ਕੋ ਨ ਸੰਕ ਹੋਏ ਨਾ ਦੇਖ ਸਕਾ ਆਗਿਆ ਕੋ ਮਾਨ ਮਾਥੇ ਸੀਸ ਕੋ ਜੁਕਾਉਤੇ ਰਾਵਣ ਤੇ ਜਦੋਂ ਆਖਰੀ ਬਿਪਤਾ ਪਈ ਤੇ ਉਹਨੇ ਇਹੋ ਹੀ ਗੱਲ ਕਹੀ ਸੀ ਕਿ ਜਿਹੜੀ ਮੇਰੀ ਸੋਨੇ ਦੀ ਲੰਕਾ ਨੂੰ ਸਿੱਧੀਆਂ ਅੱਖਾਂ ਕਰਕੇ ਕੋਈ ਨਿਹਾਰ ਨਹੀਂ ਸੀ ਸਕਦਾ ਮੇਰੀ ਆਗਿਆ ਨੂੰ ਮੰਨ ਕੇ ਧਰਤੀ ਨੂੰ ਸਿਰ ਲਾਲਾ ਕੇ ਮੱਥੇ ਟੇਕਦੇ ਸੀ ਜਾਹੀ ਕੋ ਬਲਾਉ ਸੋ ਆਵਤੋ ਸੁਸ਼ੰਕ ਮਾਨ ਬਿਨਾ ਮੇਰੇ ਕਹੇ ਟਿਗ ਬੈਠਣੋਂ ਨਾ ਪਾਵਤੇ ਜਿੰਨੂੰ ਮੈਂ ਸੱਦਦਾ ਸਾਨਾ ਕਿਸੇ ਰਾਜੇ ਮਹਾਰਾਜੇ ਨੂੰ ਬੂਹੇ ਅੱਗੇ ਖਲੋਤੇ ਨੂੰ ਸੰਗ ਦਾ ਸੰਗ ਦਾ ਆਉਂਦਾ ਸੀ ਤੇ ਪਤਾ ਨਹੀਂ 라ਵਣ ਨੇ ਕੀ ਕਹਿ ਦੇਣਾ ਬਿਨਾ ਮੇਰੇ ਆਖੇ ਤੋਂ ਲਾਗੇ ਨਹੀਂ ਸੀ ਬਹਿ ਸਕਦਾ ਬਿਨਾ ਮੇਰੇ ਕਹੇ ਟਿਗ ਬੈਠਣੋਂ ਨਾ ਪਾਵਤੇ ਤਹੀ ਗੜ ਰੀਸ਼ ਬਨਰ ਲਪੇਟਤ ਹੈ ਇਹ ਮਰਦਾ ਹੋਇਆ ਉਹ ਗੱਲ ਕਹਿੰਦਾ ਹੈ ਸਭੀ ਦਿਨ ਇੱਕ ਸੇਨਾ ਦੇਖੇ ਮਨ ਪਾਵਤੇ ਮੈਂ ਗੁਰਮਖੋ ਕਦੇ-ਕਦੇ ਗੱਲ ਸੋਚਦਾ ਹੁੰਨਾ ਐਡਾ ਵੱਡਾ ਜੋਧਾ ਦੁਨੀਆਂ ਤੇ ਕੋਈ ਨਹੀਂ 라वण ਦੇ ਕੋਲ ਕਹਿੰਦੇ ਜਹਾਜ਼ ਆਪਣਾ ਉਹਨਾਂ ਦੇਣਾ ਵਿੱਚ ਜਿਹੜੇ ਜਹਾਜ਼ ਤੇ ਪੁਸ਼ਪਕ ਵਿਮਾਨ ਤੇ ਭਗਵਾਨ ਰਾਮਚੰਦਰ ਚੜ ਕੇ ਤੇ ਫਿਰ ਜੁੱਦਿਆ ਜਾਂਦੇ ਨੇ ਉਹ ਇਦਾਂ ਦਾ ਜਹਾਜ਼ ਹੈ ਵੀ ਜਿੰਨੇ ਬੰਦੇ ਉਹਦੇ ਚ ਬਹਿ ਜਾਣ ਉਹਦਾ ਹੀ ਉਹ ਵੱਡਾ ਹੋ ਜਾਂਦਾ ਸੁਆਮੀ ਜੀ ਕਹਿੰਦੇ ਹੁੰਦੇ ਸਨ ਕਿ ਜਦੋਂ ਮਹਾਭਾਰਤ ਦਾ ਜੰਗ ਵੀ ਹੋਇਆ ਤੇ ਸਾਡਾ ਵਿਗਿਆਨ ਸਿਖਰਾਂ ਤੇ ਸੀ ਸਾਡਾ ਵਿਗਿਆਨ ਹਿੰਦੁਸਤਾਨ ਦਾ ਪੂਰੀ ਚਰਮ ਸੀਮਾ ਦੇ ਉੱਤੇ ਸੀ ਜਿਹਦੀ ਅੱਜ ਤੱਕ ਵਿਗਿਆਨੀਆਂ ਨੂੰ ਸਮਝ ਨਹੀਂ ਆ ਸਕੀ ਜਿਹੜੇ ਸ਼ਸਤਰ ਅਸ਼ਤਰ جنگ ਦੇ ਮੈਦਾਨ ਚ ਚੱਲੇ ਨੇ ਵੀ ਇਹ ਕਿਵੇਂ ਚੱਲੇ ਕਿੱਥੋਂ ਆਏ ਰੇਤਾ ਮੈਲਟ ਹੋਈ ਆ ਖੁਰੇਤਰ ਵਿੱਚ ਉਹ ਕਹਿੰਦੇ ਐਨੀ ਗਰਮੀ ਜਦੋਂ ਪਰਮਾਣੂ ਬੰਬ ਚੱਲੇ ਤੇ ਉਦੋਂ ਪੈਦਾ ਹੁੰਦੀ ਆ ਕਿ ਰੇਤ ਮੈਲਟ ਹੋ ਜਾਏ ਵੀ ਕਿਹੜੇ ਉਦੋਂ ਸ਼ਸਤਰ ਅਸ਼ਤਰ ਉਹਨਾਂ ਨੇ ਚਲਾਏ ਵੀ ਰੇਤਾ ਤੱਕ ਮੈਲਟ ਹੋ ਗਿਆ ਇਡਾਂ ਵੱਡਾ 라ਵਣ ਵਿਦਵਾਨ ਸੂਰਬੀਰ ਪ੍ਰਾਕਰਮੀ ਪਰ ਸਮੇਂ ਦੇ ਸਤਗੁਰਨਾ ਮੱਥਾ ਲਾਉਣ ਕਰਕੇ ਭਗਤਾਂ ਨੇ ਗੁਰਮੁਖੋ ਬਾਣੀ ਚ ਲਿਖਿਆ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ 라ਵਣ ਕਿਆ ਲੈ ਗਿਆ ਮੂਰਖ ਆਖਿਆ ਵਿਦਵਾਨ ਨੂੰ ਮੂਰਖ ਇੱਕ ਸਤਗੁਰਨਾ ਵੈਰ ਪਾਲਿਆ ਆਪਣੇ ਹੰਕਾਰ ਕਰਕੇ ਕ੍ਰੋਧ ਕਰਕੇ ਉਹ ਮੂਰਖ ਅਖਵਾਇਆ ਮੂਰਖ ਤੇ ਜਿਹੜੇ ਗੁਰਮਖੋ ਮੂਰਖ ਸਨ ਉਹ ਗੁਰੂ ਦੇ ਚਰਨਾਂ ਨਾਲ ਲੱਗ ਕੇ ਤੇ ਸਤਗੁਰਾਂ ਨੇ ਉਹਨਾਂ ਨੂੰ ਸ਼ਰਮੌਰ ਬਣਾ ਦਿੱਤਾ ਮੈਂ ਮੁੜ ਕੇ ਫੇਰ ਗੁਰਮਖੋ ਜਿੰਨਾ ਵੀ ਇਤਿਹਾਸ ਜਿੰਨੀ ਵੀ ਬਾਣੀ ਇਹ ਗੁਰੂ ਦੀ ਉਸਤਤ ਹੈ ਗੁਰੂ ਦੀ ਵਡਿਆਈ ਹੈ ਗੁਰੂ ਤੋਂ ਬਿਨਾ ਦੁਨੀਆ ਤੇ ਕੱਖ ਨਹੀਂ ਕੁਝ ਵੀ ਨਹੀਂ ਹੋ ਸਕਦਾ ਹਨੂਮਾਨ ਕਹਿੰਦਾ ਮਹਾਰਾਜ ਜਿੱਦਾਂ ਤੁਸੀਂ ਆਖੋ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੀ ਉਹਨੂੰ ਪਹਿਚਾਨ ਨਹੀਂ ਸੀ ਤਾ ਨੂੰ ਤੇ ਜੇ ਤੈਨੂੰ ਕੋਈ ਨਿਸ਼ਾਨੀ ਨਾ ਦਿੱਤੀ ਤੇ ਉਹਨੂੰ ਪਤਾ ਨਹੀਂ ਲੱਗਣਾ ਦੇਵਤੇ ਤੱਕ ਲੰਕਾ ਵੱਲ ਵੇਖ ਨਹੀਂ ਸਕਦੇ ਉਹਨੇ ਆਖਣਾ ਵਾਨਰ ਕਿੱਥੋਂ ਆ ਗਿਆ ਇਹ ਕੋਈ 라ਵਣ ਦਾ ਹੀ ਰਚਾਇਆ ਜਿਹੜਾ ਖੇਲ ਹੈ ਹੈ ਪਰਬੀਨ ਤੌਸੀਆ ਕੋ ਬਿਨ ਚੀਨ ਪਾਵੇਂ ਉਹ ਸਿਆਣੀ ਹੈ ਪਾਵੇਂ ਉਹ ਗਿਆਨਵਾਨ ਸਮਝਦਾਰ ਹੈ ਪਰ ਉਹਨੂੰ ਬਿਨਾ ਨਿਸ਼ਾਨੀ ਦਿੱਤਿਆਂ ਪਤਾ ਨਹੀਂ ਲੱਗਣਾ ਤੇ ਹਨੂਮਾਨ ਨੂੰ ਮਹਾਰਾਜ ਕਹਿੰਦੇ ਆ ਕਹਿੰਦੇ ਭੂਖ ਲੱਗੇ ਬਨ ਕੇ ਫਲ ਤੁਰਤ ਜਾਹੇ ਪਲਿਖੇ ਮੁਖ ਮੈਂ ਤਰ ਲੀਜੋ ਇਕਨੇ দান ਕੀਏ ਬਿਨਹੇ ਕਪਸੀਆ ਬਿਨਾ ਪਰਤੀਤ ਨਾ ਕੀਜੋ ਮਹਾਰਾਜ ਨੇ ਸ਼ਾਪ ਦਿੱਤੀ ਆਪਣੀ ਨਿਸ਼ਾਨੀ ਵਜੋਂ ਕਿ ਆ ਤੂੰ ਸੀਤਾ ਨੂੰ ਵਿਖਾਏਂਗਾ ਤੇ ਉਹਨੂੰ ਪਤਾ ਲੱਗ ਜਾਣਾ ਵੀ ਇਹ ਰਾਮ ਨੇ ਭੇਜਿਆ ਜਾਂ ਰਾਮ ਦੀ ਸ਼ਾਪ ਹੈ ਤੇ ਸੀਤਾ ਤੋਂ ਬਿਨਾ ਇਕ ਨਿਦਾਨ ਕੀਏ ਬਿਨ 헤 ਕਪਸੀਆ ਬਿਨਾ ਪ੍ਰਤੀਤ ਨ ਕੀਜੋ ਇਹ ਮੰਕੇ ਗੁਣ ਗੁੰਥ ਤਜੇ ਪਹਿਚਾਨਤ ਜਾਣ ਕੀ ਔਰ ਨ ਜੀ ਬੀਜੋ ਹੈ ਬਾਨੀ ਮੈਂ ਕਹਿ ਗੇਰਾਨ ਦੁਰੀ ਜਹ ਹੈ ਸੁੰਦਰੀ मुੰਦਰੀ ਤਹ ਦੀਜੋ ਜਦੋਂ ਆਹ मुੰਦਰੀ ਦੇ ਦੇਗਾ ਨਾ ਤੂੰ ਸੀਤਾ ਨੂੰ ਤੇ ਉਹਨੇ ਪਹਿਚਾਨ ਲੈਣਾ ਪਈ ਰਾਮ ਦੀ मुੰਦਰੀ ਹੈ ਰਾਮ ਨੇ ਭੇਜਿਆ ਫੇਰ ਤੇਰੀ ਗੱਲ ਭਾਵੇਂ ਉਹ ਸੁਣ ਲੈ ਯਕੀਨ ਕਰ ਲੈ ਉਹਦਾ ਨਹੀਂ ਤੇ ਕਿਸੇ ਗੱਲ ਤੇ ਉਹ ਯਕੀਨ ਨਹੀਂ ਕਰਦੀ ਇਹ ਮਹਾਰਾਜ ਕਹਿ ਕੇ ਤੇ ਉਹਨੂੰ ਤੋੜਨ ਲੱਗੇ ਨੇ ਤੇ ਹਨੂਮਾਨ ਕਹਿੰਦਾ ਕਹਿੰਦਾ ਏਕ ਕਰੋ ਬੇਨਤੀ ਤੁਮ ਸੋ ਸੋਨਾ ਕੇ ਰਗੁਨਾਥ ਬੁਰਾ ਜਨ ਮੰਨੋ ਇੱਕ ਮੇਰੀ ਬੇਨਤੀ ਸੁਣ ਲਓ ਬੁਰਾ ਨਾ ਮੰਨਿਓ ਇਕ ਭਲੰਗ ਕਰੋ ਤਜ ਸ਼ੰਕ ਨ ਸੰਕ ਸੁਲੰਕ ਤਸਿਓ ਮੋਹਿ ਜਾਨੋ ਇੱਕੋ ਈ ਛਾਲ ਮਾਰੀ ਮੈਂ ਸਮੁੰਦਰ ਨੂੰ ਟੱਪ ਜਾਗਾ ਇਹਦੇ ਚ ਸ਼ੰਕਾ ਨਾ ਤੁਸੀਂ ਮੰਨਿਓ ਤੇ ਹਉ ਹਨੁਮਾਨ ਅਜਾਨ ਨਹੀਂ ਪ੍ਰਭ ਦੇਖਨ ਕੋ ਸਭ ਠੌਰ ਸਿਆਣੋ ਮੈਂ ਅਣਜਾਨ ਨਹੀਂਗਾ ਮੈਂ ਸਿਆਣਾ ਵਾਂ ਮੈਂ ਸਾਰੀਆਂ ਗੱਲਾਂ ਸਮਝਦਾ ਮੈਂ ਪਹਿਚਾਨਦਾ ਸਭ ਕੁਝ ਮੰਜ਼ਲ ਵੈ ਪਦ ਪੰਕਜ ਕਹੋ ਕਿਨਹੋਂ ਸਿਆਕੇ ਇਹ ਭਾਂਤ ਪਛਾਨੋ ਤੇ ਮੈਨੂੰ ਕਿਵੇਂ ਪਤਾ ਲੱਗੇਗਾ ਪਿਆ ਸੀਤਾ ਸੀਤਾ ਦਾ ਤੇ ਚਲੋ ਸੀਤਾ ਨੂੰ ਤੇ मुנדਰੀ ਵਖਾਵਾਗਾ ਤੇ ਸੀਤਾ ਪਹਿਚਾਨ ਲੈਗੀ ਪੀ ਭਗਵਾਨ ਰਾਮ ਦੀ ਇਹ मुנדਰੀ ਹੈ ਭਗਵਾਨ ਰਾਮ ਨੇ ਭੇਜਿਆ ਤੇ ਮੈਨੂੰ ਤੇ ਮੈਂ ਤਾਂ ਮਾਤਾ ਸੀਤਾ ਦਾ ਮਹਾਰਾਜ ਦਰਸ਼ਨ ਨਹੀਂ ਕੀਤਾ ਮੈਂ ਤੇ ਮਾਤਾ ਸੀਤਾ ਨੂੰ ਕਦੇ ਵੇਖਿਆ ਨਹੀਂ ਤੇ ਮੈਨੂੰ ਕਿਵੇਂ ਪਹਿਚਾਨ ਆਏਗੀ ਤੇ ਅਗੋਂ ਫਿਰ ਭਗਵਾਨ ਕਹਿੰਦੇ ਮੈਂ ਤੈਨੂੰ ਦੱਸਦਾ ਗੱਲ ਤੇ ਤੂੰ ਸੱਚੀ ਕਹੀ ਐ ਤੈਨੂੰ ਮੈਂ ਦੱਸਦਾ ਉਹਨੂੰ ਪਹਿਚਾਨੀ ਕਿਦਾਂ ਤੈਨੂੰ ਮੈਂ ਦੱਸਦਾ ਉਹਦੀ ਨਿਸ਼ਾਨੀ ਕੀ ਐ ਸੀਤਾ ਦੀ ਪਹਿਲੀ ਵੱਡੀ ਨਿਸ਼ਾਨੀ ਜਿੰਨੂੰ ਵੇਖ ਕੇ ਤੈਨੂੰ ਪਤਾ ਲੱਗ ਜਾਏਗਾ ਵੀ ਇਹੋ ਹੀ ਮਾਤਾ ਸੀਤਾ ਵਾ ਇਹਨੂੰ ਹੀ ਮੈਂ ਵੇਖਣ ਲੱਭਣ ਪਤਾ ਕਰਨ ਆਇਆ ਕਹਿੰਦਾ ਸਾਚ ਕਹੀਨ ਬਾਤ ਤਉ ਉਸ ਆ ਕੀ ਦੂਤਿਗੋਂ ਕੇ ਬਾਤ ਸੁਣਾਉ ਮੈਂ ਤੈਨੂੰ ਕਿਵੇਂ ਸੁਣਾਵਾਂ ਪਿੱਛੇ ਗੁਰਮਖੋ ਕਥਾ ਆਈ ਸੀ ਜਦੋਂ ਸੀਤਾ ਨੂੰ ਚੁੱਕ ਕੇ ਲੈ ਗਿਆ ਰਾਵਣ ਤੇ ਮਹਾਰਾਜ ਆਏ ਵੇਂਦੇ ਨੇ ਵੀ ਸੀਤਾ ਹੈ ਨਹੀਂ ਕਿੱਧਰ ਗਈ ਤੇ ਲక్ష్ਮਣ ਨੂੰ ਕਹਿੰਦੇ ਨੇ ਲక్ష్ਮਣ ਮੈਨੂੰ ਐਦਾਂ ਲੱਗਦਾ ਸੀਤਾ ਨੂੰ ਕੋਈ ਲੈ ਕੇ ਨਹੀਂ ਗਿਆ ਕਿਸੇ ਜਨਵਰ ਨੇ ਨਹੀਂ ਖਾਦਾ ਕਿਸੇ ਨੇ ਮਾਰਿਆ ਨਹੀਂ ਮੈਨੂੰ ਐਵੇਂ ਲੱਗਦਾ ਸੀਤਾ ਨੇ ਜਿੰਨਾ ਜਿੰਨਾ ਦੀ ਸੋਭਾ ਚੁਰਾਈ ਸੀ ਨਾ ਉਹੋ ਹੀ ਸਾਰੇ ਜਾਣੇ ਆਏ ਤੇ ਸੀਤਾ ਨੂੰ ਮਾਰ ਕੇ ਤੇ ਆਪੋ ਆਪਣੀਆਂ ਚੀਜ਼ਾਂ ਵੰਡ ਕੇ ਲੈ ਗਏ ਉਹ ਕਹਿੰਦੇ ਮਹਾਰਾਜ ਉਹ ਕਿਹੜੀਆਂ ਕਹਿੰਦੇ ਉਹਦੀ ਗੁੱਤ ਨੇ ਛੇਸ਼ਨਾਗ ਦੀ ਸੋਭਾ ਚੁਰਾਈ ਸੀ ਉਦੇ ਨੈਣਾ ਨੇ ਮਿਰਗਾਂ ਦੇ ਨੈਣਾ ਦੀ ਉਹਦੇ ਮੁਖੜੇ ਨੇ ਚੰਦ ਦੀ ਉਹਦੀ ਚਾਲ ਨੇ ਹਾਥੀ ਦੀ ਚਾਲ ਦੀ ਇਹ ਸਾਰੇ ਜਾਣੇ ਆਏ ਤੇ ਸੀਤਾ ਨੂੰ ਮਾਰ ਕੇ ਤੇ ਆਪੋ ਆਪਣੀਆਂ ਚੀਜ਼ਾਂ ਵੱਖੋ ਵੱਖਰੀਆਂ ਕਰਕੇ ਲੈ ਗਏ ਇਹ ਗੁਰਮਖੋ ਕਵੀ ਹਿਰਦੇ RAM ਦੀ ਇੱਕ ਕਵਿਤਾ ਹੈ ਭਗਵਾਨ RAM ਦਰਸ਼ਨ ਲੱਗੇ कंदे जे पमा कवि देत सब ते सब अंगल जाऊं ਜੇ ਉਹਨ ਤੈਨੂੰ ਮੈਂ ਫੇਰ ਕਵੀਆਂ ਦੀਆਂ ਗੱਲਾਂ ਦੱਸਾਂ ਤੇ ਉਹ ਵੀ ਚੰਗੀਆਂ ਨਹੀਂ ਲੱਗਦੀਆਂ ਹਨੂਮਾਨ ਹਉ ਕਪੀ ਡੂੰਡ ਰਾਇਓ ਜਗ ਮੈਂ ਛਬ ਅੰਗਨ ਕੀ ਸਮ ਕੋ ਨਹਿ ਪਾਉ ਮੈਨੂੰ ਨਹੀਂ ਉਹਦੇ ਬਰਾਬਰ ਉਹਦੇ ਅੰਗਾ ਦੀ ਸੋਭਾ ਸਮਤਾ ਕਿਤੇ ਲੱਭਦੀ ਮੋ ਦੁਖ ਤੇ ਜਹ ਪਾਂਤ ਸਿਆ ਸੋਈ ਚੀਨ ਹਨੂ ਸਭ ਤੋਹੇ ਬਤਾਉ ਮੇਰੇ ਦੁਖੜੇ ਦੇ ਨਾਲ ਵਿਛੋੜੇ ਦੇ ਨਾਲ ਬਿਰਹਾ ਦੇ ਨਾਲ ਉਹਦੀ ਕੀ ਹਾਲਤ ਹੋਈ ਹੋਣੀ ਆ ਮੈਂ ਤੈਨੂੰ ਇਹ ਦੱਸ ਦੇਣਾ ਤੇ ਤੂੰ ਉਹਨੂੰ ਪਹਿਚਾਨ ਲਈ ਕਹਿਣ ਲੱਗਾ ਜਹਾਂ ਸੋ ਹੁਲਾਸ ਤਾਤੇ ਸੁਵਾਸਨ ਆਵਾਸ ਤਹਾ ਨੀਕੇ ਵੀਰ ਬਾਤ ਸੁਨ ਲੀਜੀਏ ਨੈਦਾਨ ਕੀ ਅਨੁਮਾਨ ਜਿੱਥੇ ਸੀਤਾ ਹੋਵੇਗੀ ਨਾ ਉਥੇ ਪ੍ਰਸੰਨਤਾ ਨਹੀਂ ਹੋਣੀ ਉਥੇ ਤਤੇ ਸਾ ਤਤੇ ਹੌਕਿਆਂ ਦੀ ਤੈਨੂੰ ਹਵਾ ਜਿਹੜੀ ਠੰਡੀ ਹਵਾ ਨਹੀਂ ਉੱਥੇ ਵਗਣੀ ਉੱਥੇ ਹੌਕਿਆਂ ਦੀ ਗਰਮ ਹਵਾ ਹੋਏਗੀ ਜਾ ਕੇ ਦਵਾਰੇ ਕਾਜਰ ਸੋ ਮਿਲੀ ਪੰਕ ਮਾਹੇ ਤੂੰ ਵੇਖੀ ਜਿਹੜੀ ਥਾਂ ਤੇ ਕਜਲੇ ਦੇ ਵਿੱਚ ਤੇ ਮਿੱਟੀ ਵਿੱਚ ਕਿਉਂਕਿ ਉਹਦੀਆਂ ਅੱਖਾਂ ਚੋਂ ਰੋ ਰੋ ਕੇ ਕਜਲਾ ਵਹਿ ਕੇ ਤੇ ਚਿੱਕੜ ਬਣਿਆ ਹੋਵੇਗਾ جا کے دوارے کاجر سو ملی پنگلنگ ماہے تहां कहूं देखीए نشंक বধੂ پان کی سورج دی نو سورج دی پان میں نے سورج বধੂ میں نے نو سورج دی نو ویکھی جتھے ਅੱਖਾਂ ਚੋਂ ਵਹਿ ਵਹਿ ਕੇ ਹੰਝੂ ਕਜਲੇ ਦੇ ਨਾਲ ਚਿੱਕੜ ਬਣਿਆ ਹੋਏਗਾ ਮਿਲੀ ਹੋਏਗੀ ਕਜਲੇ ਨਾਲ ਮਿੱਟੀ ਚਿੱਕੜ ਉਥੇ ਸੀਤਾ ਹੋਣੀਉ جاਕੇ نس tham ਮੁਖ ਦੀਪ ਹੀ ਕੋ ਦੀਪ ਬਿਨਾ फूलयंग बास तहां रानी हनुमान की हनुमान वेखी जिस घर विखे दीवे तो बिना मुखड़े रूपी दीव दा प्रकाश होएगा ना ओथे ही तेरी रानी सीता होएगी जहां मुख मुक राम राम ही कि कुका जा सोवै शाह धूप तहां है अचूक जानकी ਜਿੱਥੇ RAM RAM ਦੀ ਧੁਨ ਤੈਨੂੰ ਸੁਣਾਈ ਦਏਗੀ ਜਿੱਥੇ RAM RAM ਤੋਂ ਬਿਨਾ ਤੈਨੂੰ ਕੁਝ ਨਾ ਹੋਰ ਸੁਣਾਈ ਦਏ ਚਾਰ ਚਫੇਰੇ ਚੁੱਪ ਹੋਵੇ ਜਿੱਥੇ ਸੁੱਤਿਆਂ ਵੀ ਮੂੰਹ ਵਿੱਚੋਂ RAM RAM ਹੀ ਨਿਕਲਦਾ ਹੋਵੇ ਤੂੰ ਉੱਥੇ ਵੇਖ ਲਈਂ ਭੀ ਉਹੀ ਨਿਰਸੰਦੇਹ ਜਾਣ ਕੀ ਹੋਏਗੀ ਸੀਤਾ ਹੋਏਗੀ ਜਦੋਂ ਗੁਰੂ RAM ਸਿੰਘ ਸੱਚੇ ਪਾਤਸ਼ਾਹ ਪਰਦੇਸ ਚਲੇ ਗਏ ਤੇ ਜਿਹੜਾ ਗੁਰਮਖੋ ਪ੍ਰੇਮ ਹੁੰਦਾ ਨਾ ਬਿਰਹਾ ਹੁੰਦਾ ਸਿੱਖਾਂ ਨੇ ਰਾਤ-ਰਾਤ ਵੇਖਦੇ ਰਹਿਣਾ ਕਿ ਗਰੀਬ ਨਿਵਾਜ਼ ਐਸ ਰਸਤੇ ਗਏ ਨੇ ਤੇ ਸਤਗੁਰਾਂ ਨੇ ਆ ਜਾਣਾ ਅੱਖਾਂ ਦਾ ਪਾਣੀ ਨਾ ਸੁੱਕਣਾ ਕਈਆਂ ਸਿੱਖਾਂ ਨੇ ਗੁਰੂ ਰਾਮ ਸਿੰਘ ਦੇ ਵਿਜੋਗ ਵਿੱਚ ਰੋਟੀ ਚੋਪੜ ਕੇ ਖਾਣੀ ਛੱਡ ਦਿੱਤੀ ਸਿਰ 'ਚ ਦਈ ਨਾ ਸੇਰ ਨਾ ਹੁੰਦੇ ਹੀ ਦਈ ਪਾਉਣਾ ਸਿਰ 'ਚ ਛੱਡ ਦਿੱਤਾ ਪੈਰਾਂ 'ਚ ਜੁੱਤੀ ਨਹੀਂ ਪਾਈ ਬਿਸਤਰੇ 'ਤੇ ਨਹੀਂ ਸੁੱਤੇ ਕਿ ਸਤਗੁਰ ਪਰਦੇਸ ਚਲੇ ਗਏ ਵਜੋਗ ਵਿੱਚ ਇੱਕ ਕਵੀ ਨੇ ਲਿਖਿਆ ਉਹ ਕਹਿੰਦਾ ਮੈਂ ਪੈਣੀ ਸਾਹਿਬ ਆਇਆ ਤੇ ਪੈਣੀ ਸਾਹਿਬ ਆਣ ਕੇ ਵੇਖਿਆ ਰਾਤ ਹਵਾ ਵਗਦੀ ਸੀ ਮੀਂਹ ਪੈਂਦਾ ਸੀ ਇੱਕ ਬੰਦਾ ਬੈਠਾ ਹੋਇਆ ਅਰੁਖ ਦੀ ਆੜ ਲੈ ਕੇ ਰੁੱਖ ਦੀ ਅਕਾਲ ਬੁੰਗੇ ਵਾਲੇ ਉਹ ਬੋੜ ਦੇ ਥੱਲੇ ਹਵਾ ਠੰਡੀ ਵਗਦੀ ਐ ਬਿਜਲੀ ਕੜਕਦੀ ਸੀ ਤੇ ਮੈਂ ਜਦੋਂ ਜਾ ਕੇ ਵੇਖਿਆ ਬਿਜਲੀ ਸੀ ਲਿਸ਼ਕਾ ਮਾਰਦੀ ਅੰਬਰ ਦੀ ਸਤਵੀਂ ਚੌਂੰਦੀ ਰੋ ਰੋ ਕੇ ਪੈਸੀ ਦੱਸਦੀ ਆਕਾਸ਼ ਦੀ ਛੱਤ ਵੀ ਚੁੰਦੀ ਮੀਂਹ ਪੈਂਦਾ ਸੀ ਕਹਿੰਦੇ ਲਾਗੇ ਜਾਂ ਹੋ ਕੇ ਵੇਖਿਆ ਚਿਹਰਾ ਮੈਂ ਉਸ ਤਸਵੀਰ ਦਾ ਵੇਖਿਆ ਜਾ ਕੇ ਮੈਂ ਕੌਣ ਬੰਦਾ ਇਹੋ ਜੇ ਮੌਸਮ ਵਿੱਚ ਬੈਠਾ ਕਹਿੰਦੇ ਆਸ਼ਿਕ ਉਹ ਮੈਨੂੰ ਜਾਪਿਆ ਉਸ ਭੈਣੀ ਵਾਲੇ ਪੀਰ ਦਾ ਲਾਗੇ ਮੈਂ ਹੋ ਕੇ ਪੁੱਛਿਆ ਦੱਸ ਵੀਰ ਮੈਨੂੰ ਸੋਹਣਿਆ ਓ ਇਸ ਕਰਵਾਲੀ ਰਾਤ ਵਿੱਚ ਕਿੰਨੂੰ ਓਢੀਕੇ ਮੋਣਿਆ ਓ ਕਹਿੰਦਾ ਭਰਾਵਾ ਪੁੱਛਣਾ ਦੁਖੀਆਂ ਦੇ ਦਿਲ ਨੂੰ ਫੋਲਣਾ ਜਿਸ ਦਾਸੀ ਸਾਨੂੰ ਆਸਰਾ ਪਰੀ ਤਮਿਓ ਸਾਡੇ ਕੋਲਣਾ ਤੁਰ ਗਿਆ ਪਰਦੇਸ ਨੂੰ ਦਿਲ ਸਾਡੇ ਨਾਲੋਂ ਤੋੜ ਕੇ ਭੈਣੀ ਵਿੱਚ ਕਾਮਾਰ ਦੀ ਤਰਲੇ ਕਰੇ ਹੱਥ ਜੋੜ ਕੇ ਰੋਂਦੇ ਨੇ ਪੰਛੀ ਜੰਗਲੀ ਰੋਵੇਂ ਨਾ ਮਾਨੀ ਧਰਤ ਆ ਰਾਮ ਗਏ ਬਨਵਾਸ ਨੂੰ ਰੋਵੇਂ ਨਾ ਮਾਨਾ ਪਰਤਿਆ ਜਦੋਂ ਦਾ ਮਾਹੀ ਪਰਦੇਸ ਚਲੇ ਗਿਆ ਪਸ਼ੂ ਪੰਛੀਆਂ ਪੰਖੇਰੂਆਂ ਨੇ ਚੱਕ ਨਾ ਛੱਡ ਦਿੱਤਾ ਇਹ ਤਰਤ ਜਾ ਰੋਜ਼ਾਰ ਰੋਂਦੀ ਐ ਪ੍ਰੀਤਮ ਦਾ ਗੁਰਮੁਖੋ ਵਿਛੋੜਾ ਵਿਛੋੜਾ ਸੁਨੇ ਦੁੱਖ ਵਿਨ ਡਿੱਠੇ ਮਰੀਉਦ ਇੱਕ ਤੇ ਸਰੀਰ ਦਾ ਵਿਛੋੜਾ ਹੁੰਦਾ ਨਾ ਜੇ ਅਧਿਆਤਮ ਦੀ ਗੱਲ ਕਰੀਏ ਮਹਾਰਾਜ ਕਹਿੰਦੇ ਆ ਜਿਹੜੀ ਆਤਮਾ ਨਾ ਪ੍ਰਭੂ ਪਤੀ ਤੋਂ ਵਿਛੜ ਕੇ ਦੁਨੀਆ ਤੇ ਆਈ ਐ ਕਦੋਂ ਦੀ ਵਿਛੜੀ ਐ ਬਹੁਤ ਜਨਮ ਬਿਸ਼ਰੇ ਥੇ ਮਾਦਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਬਹੁਤ ਜਨਮ ਕਿੰਨੇ ਕ ਜਨਮ ਕਈ ਜਨਮ ਬਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਹੈਵਰ ਹੁੰਦਾ ਬੈਲ ਬ੍ਰਖ ਬੈਲ ਹੁੰਦਾ ਬੈਲ ਜੋਇਆ ਕਈ ਜਨਮ ਬਣਿਆ ਕਈ ਜਨਮ ਸੈਲਗਿਰ ਕਰਿਆ ਗਿਰ ਮੈਨੇ ਪਹਾੜ ਸੈਲ ਮੈਨੇ ਪੱਥਰ ਤੂੰ ਪੱਥਰ ਬਣਿਆ ਪਹਾੜਾਂ ਦਾ ਕਈ ਜਨਮ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲੀਏ ਦੇਹ ਸੰਜਰੀਆ ਗੁਰ ਸੇਵਾ ਤੇ ਭਗਤ ਕਮਾਈ ਗੁਰੂ ਦੀ ਸੇਵਾ ਤੇ ਭਗਤੀ ਕਮਾਈ ਕਰਨ ਵਾਸਤੇ ਤਬ ਹੀ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹ ਦੇਵ ਸੋ ਦੇਹੀ ਪਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਅਬ ਨਾ ਭਜਸ ਭਜਸ ਕਬ ਪਾਈ ਆਵੈ ਅੰਤ ਨਾ ਭਜੇ ਆਜਾਈ ਬੜੇ ਜਨਮ ਹੋ ਗਏ ਨੇ ਤੈਨੂੰ ਟੁੱਟਿਆਂ ਹੋਇਆਂ ਪਾਉਂਦੇ ਆਂ ਫਿਰਦੇ ਆਂ ਵਿਛੋੜਾ ਪਿਆ ਹੋਇਆ ਤੇ ਜੇ ਸੱਜਣਾ ਹੁਣ ਵੀ ਨਾ ਗੁਰੂ ਦੇ ਚਰਨੀ ਲੱਗੇਗਾ ਨਾਮ ਜਪੇਗਾ ਭਗਤ ਕਬੀਰ ਜੀ ਪਰਮਾਉਂਦੇ ਨੇ ਓਏ ਸੱਜਣਾ ਜੇ ਕਿਤੇ ਬੈਲ ਬਣ ਗਿਆ ਬੈਲ ਚਾਰ ਪਾਉਂਦੋ ਏ ਸਿੰਘ ਗੰਗਾ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਾਈ ਹੈ ਹਰ ਬਿਨ ਬੈਲ ਬੇਰਾਨੇ ਹੋਈ ਹੈ ਫਾਟੇ ਨਾ ਕੰਨ ਟੂਟੇ ਕੰਧਨ ਕੋ ਧੋ ਕੋ ਪੁਸ ਖਈ ਹੈ ਜਿੰਨਾ ਚਿਰ ਤੇਰ ਕੋ ਕੰਮ ਲਿਆ ਗਿਆ ਲੈਣਗੇ ਲੱਕ ਤੇਰੇ ਕੰਦੇ ਟੁੱਟ ਜਾਣਗੇ ਕੰਨ ਪੈ ਜਾਏਗਾ ਜਦੋਂ ਤੇਰੇ ਦੰਦ ਵੀ ਨਾ ਰਹਿ ਡਿਗ ਪਿਆ ਤੁਰਦਾ ਤੁਰਦਾ ਡੰਡੇ ਮਾਰ ਮਾਰ ਕੇ ਠਾਉਣਗੇ ਨਾ ਉੱਠਿਆ ਗਿਆ ਤੇ ਘਰੋਂ ਬਾਹਰ ਕੱਢਣਗੇ ਬੇਰਾਨਾ ਬੈਲ ਬਣ ਜਾਏਗਾ ਓਏ ਫੇਰ ਕਿਵੇਂ ਨਾਮ ਜਪੇਗਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਆਤਮਾ ਵਿਛੜੀ ਹੋਈ ਹੈ ਰੱਬ ਦੇ ਨਾਲੋਂ ਸਾਡਾ ਮੇਲ ਹੋ ਜਾਏ ਇਹ ਪ੍ਰਭੂ ਦੇ ਨਾਲ ਮਿਲਣਾ ਹੀ ਇਸ ਜਨਮ ਦਾ ਮਨੋਰਥ ਹੈ ਗੁਰਮਖੋ ਫੇਰ ਉਹ ਵਿਰਾਗੀ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਸੱਚਾ ਵਿਰਾਗ ਆ ਜਾਂਦਾ ਹੈ ਦੁਨੀਆ ਨਹੀਂ ਚੰਗੀ ਲੱਗਦੀ ਕੋਈ ਪਦਾਰਥ ਭੋਗਾਂ ਚ ਮਨ ਨਹੀਂ ਰਹਿ ਜਾਂਦਾ ਜਿਵੇਂ ਸੀਤਾ ਨੂੰ ਤੁਸੀਂ ਆਤਮਾ ਸਮਝ ਲਓ RAM ਨੂੰ ਪਰਮਾਤਮਾ ਸਮਝ ਲਓ ਇਹ ਆਤਮਾ ਦਾ ਤੇ ਪਰਮਾਤਮਾ ਦਾ ਵਿਛੋੜਾ ਤੇ ਜਦੋਂ ਆਤਮਾ ਦੁਖੀ ਹੋਵੇ ਹੰਪੀ ਵੰਨਿਆ ਡੁੰਮਣੀ ਰੋਵਾ ਚੀਣੀ ਬਾਣ ਫੇਰੇ ਰੋਂਦੀ ਏ ਬਹਿ ਕੇ ਨੁਕਰੇ ਕਿ ਮੈਨੂੰ ਵੀ ਜਾਣਾ ਪੈਣਾ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਜੇ ਨਾ ਮੇਲ ਹੋਇਆ ਇਹ ਵਿਰਾਗ ਹੈ ਆਤਮਾ ਦਾ ਤੇ ਜਿਨ੍ਹਾਂ ਨੂੰ ਸਮਝ ਆ ਗਈ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਜਿਨ੍ਹਾਂ ਨੂੰ ਗੁਰਮਖੋ ਉਹਦੀ ਹਜ਼ੂਰੀ ਨਸੀਬ ਹੋ ਗਈ ਉਹਨਾਂ ਦੇ ਚਿੱਤ ਵਿੱਚ ਖੇੜਾ ਆ ਗਿਆ ਉਹਨਾਂ ਦੇ ਅੰਦਰ ਖੇੜਾ ਆ ਗਿਆ ਉਹ ਪ੍ਰਭੂ ਪਤੀ ਦੇ ਨਾਲ ਇੱਕ ਮਿਕ ਹੋ ਗਏ ਉਹਨਾਂ ਦਾ ਜਨਮ ਦੁਨੀਆ ਤੇ ਆਇਆ ਸਫਲਾ ਹੋ ਗਿਆ। ਭਗਵਾਨ ਰਾਮ ਨੇ ਆਖਿਆ ਹਨੂਮਾਨ ਤੂੰ ਜਾਈ ਉਹਦੇ ਵਿਰਾਗ ਤੋਂ ਉਹਦੇ ਹੰਝੂਆਂ ਤੋਂ ਉਹਦੇ ਹੌਕਿਆਂ ਤੋਂ ਤੈਨੂੰ ਪਤਾ ਲੱਗ ਜਾਏਗਾ ਜਦੋਂ ਲਾਗੇ ਬੰਨੇ ਜਾਏਗਾ ਵੀ ਆਹ ਮੇਰੀ ਸੀਤਾ ਹੈ ਉਥੇ ਪਿਆਰ ਦੀ ਗੱਲ ਨਹੀਂ ਹੋਣੀ ਸੁਖ ਦੀ ਗੱਲ ਨਹੀਂ ਹੋਣੀ ਆਰਾਮ ਦੀ ਬਾਤ ਨਹੀਂ ਹੋਣੀ ਤੈਨੂੰ ਵਿਰਾਗ ਦੇ ਲੱਛਣ ਦਿਸਣਗੇ ਤੇ ਤੈਨੂੰ ਸੀਤਾ ਦੀ ਪਹਿਚਾਨ ਆ ਜਾਏਗੀ ਜਾ ਕੇ ਬੰਦ ਕੇ ਇਸ ਤਨ ਤਪਸੀ ਕੋ ਬੇਸ ਸੁਨਾ ਬਨਰ ਨਰੇਸ਼ ਦ੍ਰਗ ਨੀਰ ਉਰ ਦੋਵਤੀ ਜੇ ਦੇ ਵਾਲ ਜੜਾਵਾਂ ਬੱਜੀਆਂ ਹੋਣਗੀਆਂ ਜਾ ਕੇ ਬੰਦ ਕੇ ਸਰੀਰ ਦੇ ਉੱਤੇ ਤਪੱਸਵੀਆਂ ਵਾਲਾ ਪੇਸ ਹੋਏਗਾ ਐ ਵਾਨਰ ਨਰੇਸ਼ ਹਾਨੂਮਾਨ ਦ੍ਰਿਗਨੀਰੀ ਉਰਧੋਵਤੀ ਉਹ ਹੰਝੂਆਂ ਦੇ ਨਾਲ ਆਪਣੇ ਹਿਰਦੇ ਨੂੰ ਧੋਂਦੀ ਹੋਏਗੀ ਭੁਖਣ ਮਲੀਨ ਪਿਆਹੀਨ ਮੁਕਚੀਨ ਜਾਕੀ ਹਵਾ ਹੈ ਦਸ਼ਾ ਦੀਨ ਨਿਸ ਨੀਂਦ ਹੂਨਾ ਸੋਵਤੀ ਜੇ ਦੇ ਕੱਪੜੇ ਮਲੀਨ ਹੋਣਗੇ ਪੂਕਣ ਮਲੀਨ ਗਹਿਣੇ ਮਲੀਨ ਹੋਣਗੇ ਮੁਖ ਤੇ ਸ਼ਬਾਸ਼ੀਨ ਹੋਏਗੀ ਪੀਲਾ ਮੁਖੜਾ ਹੋ ਗਿਆ ਹੋਵੇਗਾ ਗੰਮ ਦੇ ਵਿੱਚ ਦਸ਼ਾ ਉਹਦੀ ਦੀਨ ਹੋਏਗੀ ਵੇਖ ਕੇ ਤੈਨੂੰ ਪਤਾ ਲੱਗ ਜਾਏਗਾ ਰਾਤ ਨੂੰ ਜੇ ਦੇ ਨੇਤਰਾਂ ਚ ਨੀਂਦ ਨਹੀਂ ਆਏਗੀ ਨੀਂਦ ਨਹੀਂ ਉਹਦੇ ਲੱਗੇ ਹੋਣੀ ਅੰਗਨ ਰੁਖਾਈ ਫੂਲ ਸੇਜ ਨੰਡ ਸਾਈ ਉਹਦੇ ਅੰਗ ਰੁਖੇ ਹੋਣਗੇ ਕੋਈ ਫੁੱਲਾਂ ਦੀ ਸੇਜ ਨਹੀਂ ਹੋਣੀ ਜਿਹਦੇ ਤੇ ਉਹ ਬੈਠੀ ਹੋਏਗੀ ਜਾ ਕਿ ਤਾਕੋ ਜਾਣ ਲਈ ਜੈ ਨਾਰ ਨੀਚੇ ਮੁਖ ਜੋਬਤੀ ਤੂੰ ਵੇਖੀ ਦੂਰੋਂ ਜਿਹੜੀ ਤਰਤੀ ਵੱਲ ਵਹਿੰਦੀ ਹੋਏਗੀ ਧੌਣ ਚੁਕਾ ਕੇ ਨਜ਼ਰਾਂ ਜਿਹਦੀਆਂ ਜ਼ਮੀਨ ਤੇ ਗੱਡੀਆਂ ਹੋਣਗੀਆਂ ਉਹਨੇ ਉੱਪਰ ਨਹੀਂ ਵੇਖਣਾ ਸੋਨਾ ਹਨੂਮਿਤ ਸਿਆ ਪੈ ਬੇਕ੍ਰਿਤ ਲੰਕ ਜਾ ਕੀ ਪੀਤ ਪੀਤ ਰਾਮ ਰਾਮ ਕਹੇ ਰੋਵਤੀ ਹਨੂਮਾਨ ਜਾਈ ਲੰਕਾ ਦੇ ਵਿੱਚ ਤੇ ਜਿੱਥੇ ਲੰਕਾ ਦੀਆਂ ਕੰਧਾਂ ਦੀਵਾਰਾਂ ਇਟਾਂ ਸੀਤਾ ਦੇ ਨਾਲ ਲੱਗ ਕੇ ਤੇ ਰਾਮ 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 ਕਹਿ ਕੇ ਰੋਂਦੀਆਂ ਹੋਣ ਗਿਆ ਤੂੰ ਵੇਖ ਲਈ ਉਥੇ ਮੇਰੀ ਸੀਤਾ ਹੋਏਗੀ ਉਹੀ ਸੀਤਾ ਸਮਝ ਲਵੀ ਇਹ ਤੈਨੂੰ ਮੈਂ ਸੀਤਾ ਦੀਆਂ ਨਿਸ਼ਾਨੀਆਂ ਦੱਸਦੀਆਂ ਦੱਸਦਾ ਪਿਆ ਰਾਵਣ ਪਾਪ ਕੋ ਜਾਲ ਰਚਿਓ ਬਿਦ ਤਾ ਮਹ ਪਾਉ ਸੰਭਾਰ ਕਦੀ ਜੋ ਧਿਆਨ ਨਾਲ ਜਾਹੀਂ ਰਾਵਣ ਨੇ ਪਾਪ ਦਾ ਜਾਲ ਰਚਿਆ ਹੋਇਆ ਸਾਰੇ ਲੰਕਾ ਦੇ ਵਿੱਚ ਤੇ ਧਿਆਨ ਨਾ ਉੱਥੇ ਜਾ ਕੇ ਪੈਰ ਰੱਖੀ ਬਾਤ ਬਿਨਾ ਮਰਜ਼ਾਦ ਕਾਹੋ ਜਿਨ ਕ੍ਰੋਧ ਕਰੇ ਤੋ ਕਰ ਸਹ ਲਈ ਜੋ ਬਿਨਾ ਮਰਜ਼ਾਦਾ ਤੋਂ ਗੱਲ ਨਾ ਕਰੀ ਤੂੰ ਦੂਤ ਬਣ ਕੇ ਚੱਲਿਆ ਤੇ ਮਰਜ਼ਾਦਾ ਦੇ ਵਿੱਚ ਰਹਿ ਕੇ ਗੱਲ ਕਰੀ ਤੇ ਕ੍ਰੋਧ ਨਾ ਕਰੀ ਜੇ ਕੋਈ ਗੁੱਸਾ ਕਰੇ ਜੇ ਕੋਈ ਕ੍ਰੋਧ ਕਰੇ ਉਹਨੂੰ ਝੱਲ ਲਈ ਸਹਿ ਲਈ ਕਿਉਂਕਿ ਦੂਤ ਦਾ ਫਰਜ ਨਹੀਂ ਹੁੰਦਾ ਕਰੋਧ ਕਰਨਾ ਤੇ ਜਦੋਂ ਬੰਦਾ ਫਿਰ ਗੁੱਸੇ 'ਚ ਆਉਂਦਾ ਨਾ ਬੰਦੇ ਨੂੰ ਗਿਆਨ ਦੀ ਗੱਲ ਨਹੀਂ ਆਉਂਦੀ ਕਰੋਧ ਵਿੱਚ ਆਪਣਾ ਪਰਾਇਆ ਭੁੱਲ ਜਾਂਦਾ ਹੈ ਕਰੋਧ ਵਿੱਚ ਪੜਿਆ ਗਿਆਨ ਸਾਰਾ ਵਿਸਰ ਜਾਂਦਾ ਹੈ ਦਿਸਦਾ ਵੀ ਕੁਝ ਨਹੀਂ ਤੂੰ ਗੁੱਸਾ ਨਾ ਕਰੀ ਦੇਖ ਬਲਿਓ ਬਨ ਦੇਖ ਰਹੋ ਜਿਨ ਅੰਮ੍ਰਿਤ ਜਿਉਂ ਜਸ ਅੰਮ੍ਰਿਤ ਵੀ ਜੋ ਕੜ ਲੈ ਸੂਲਨ ਹਾਲ ਕਰੋ ਮੋਹੇ ਜਾਹੇ ਹਨੂਤ ਕਾਲ ਨਾ ਕੀ ਜੋ ਵੇਖੀ ਉੱਚੇ ਉੱਚੇ ਰੁੱਖ ਵੇਖ ਕੇ ਉੱਥੇ ਉੱਚਾ ਨਾ ਜਾ ਕੇ ਬੈਠੀ ਨਿਮਰਤਾ ਦੇ ਵਿੱਚ ਰਹੀ ਅੰਮ੍ਰਿਤ ਦੀ ਨਿਆਈਂ ਜਸ ਰੂਪ ਅੰਮ੍ਰਿਤ ਨੂੰ ਗ੍ਰਹਿਣ ਕਰੇ ਜਿਹੜੇ ਇੱਕ ਦੂਤ ਦੇ ਗੁਣ ਹੁੰਦੇ ਆ ਨਾ ਮਰਜ਼ਾਦਾ ਹੁੰਦੀ ਐ ਭਗਵਾਨ ਰਾਮ ਸਮਝਾਉਂਦੇ ਨੇ ਕਾਢ ਲੈ ਸੂਲ ਨਿਹਾਲ ਕਰੋ ਜਿਹੜੀ ਮੇਰੇ ਇਹ ਦੁੱਖ ਦੀ ਇਹ ਵਿਛੋੜੇ ਦੀ ਇਹ ਬਿਰਹਾ ਦੀ ਸੂਲ ਵੱਜੀ ਆ ਨਾ ਮੇਰੇ ਹਿਰਦੇ ਚ ਇਸ ਸੂਲ ਨੂੰ ਕੱਢ ਕੇ ਹਨੂਮਾਨ ਮੈਨੂੰ ਤੋਂ ਸੁਖੀ ਕਰ ਦੇ ਨਿਹਾਲ ਕਰ ਦੇ ਨਿਹਾਲ ਕਰੋ ਜਾਹੇ ਹਨੂ ਅਤਿ ਕਾਲ ਨਾ ਕੀਜੋ ਹਨੂਮਾਨ ਜਾ ਤੂੰ ਸਮਾਂ ਨਾ ਜਾਦਾ ਲਾ ਹੁਣ ਤੂੰ ਦੇਰ ਨਾ ਲਾ ਪਾਨ ਲਾਏ ਦਉ ਪਾਨਦਾਰੇ ਸਿਰ ਪਾਏ ਛੁਏ ਰਗੁ ਨੰਦਨ ਜੂਕੇ ਪਾਨ ਮੈਨੇ ਆਗਿਆ ਹੁੰਦੀ ਐ ਪਾਨ ਮੈਨੇ ਹੱਥ ਵੀ ਹੁੰਦੇ ਨੇ ਪਾਨ ਮੈਨੇ ਪਾਨ ਕਰਨਾ ਵੀ ਹੁੰਦਾ ਕਿਸੇ ਚੀਜ਼ ਨੂੰ ਪੀਣਾ ਵੀ ਹੁੰਦਾ ਦੋਵੇਂ ਹੱਥਾਂ ਦੇ ਨਾਲ ਭਗਵਾਨ ਰਾਮ ਦੇ ਚਰਨ ਸਪਰਸ਼ ਕੀਤੇ ਚਰਨਾ ਤੇ ਸਿਰ ਰੱਖਿਆ ਤੇ ਔਰ ਕਰੀ ਬਿਨਤੀ ਬਹੁ ਪੰਤਨ ਦੇਹ ਬੜੋਈ ਪ੍ਰਭੂ ਪਾਏ ਕਨੂਕੇ ਆਪਣੇ ਜਾਨ ਧਰੇ ਰਹੀਓ ਜੀ ਆ ਕੋ ਕਪ ਸਤ ਕਹੋ ਤੋਹੇ ਕੂਕੇ ਨਿਤ ਕਰੋ ਸੁਧ ਚਿੱਤ ਕੇ ਸਾਥ ਸੁ ਚਿੱਤ ਚਲਿਓ ਸੰਗ ਮਿੱਤ ਹਨੂਕੇ ਮਹਾਰਾਜ ਮੈਂ ਚਲਿਆ ਮੈਨੂੰ ਤੁਸੀਂ ਵਿਸਾਰੇਓ ਨਾ ਮੇਰੇ ਤੇ ਕਿਰਪਾ ਰੱਖਿਓ ਮੇਰੇ ਤੇ ਤੁਸੀਂ ਇਦਾਂ ਹੀ ਬਖਸ਼ਿਸ਼ ਰੱਖਿਓ ਮਹਾਰਾਜ ਮੇਰ ਦੀ ਨਿਗਾਹ ਸਦਾ ਹੀ ਮੇਰੇ ਤੇ ਪਾਇਓ ਮੈਂ ਚੱਲਿਆ ਵਾਂ ਤੇ ਕਹਿੰਦੇ ਇਦਾਂ ਹਨੂਮਾਨ ਮਹਾਰਾਜ ਤੋਂ ਆਗਿਆ ਲੈ ਕੇ ਤੇ ਲੰਕਾ ਨੂੰ ਰਵਾਨਾ ਹੋਇਆ ਤੇ ਮਹਾਰਾਜ ਦਾ ਮਨ ਵੀ ਨਾਲ ਹੀ ਹਨੂਮਾਨ ਦੇ ਗਿਆ ਸੋ ਕਿਦਾਂ ਹੁਣ ਸੁਧ ਲਿਆ ਕੇ ਦਿੰਦਾ ਖਬਰ ਲਿਆ ਕੇ ਦੱਸਦਾ ਜਾਂ ਲੰਕਾ ਚ ਕੀ ਕੁਝ ਗੱਲਬਾਤ ਹੁੰਦੀ ਏ ਕੀ ਹਵਾਲ ਅਗਲੀ ਕਥਾ ਚ ਸਰਵਣ ਕਰਿਓ ਸਭ ਇੱਕ ਵਾਰ ਬੜੇ ਪ੍ਰੇਮ ਨਾਲ ਆਖੋ ਤਨ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ よりやか